ਮਹਿੰਗਾਈ ਦੀ ਅਸਲ ਵਜ੍ਹਾ ਭਲਾ ਕੀ ਆ? ਡਾਲਰ ਮਲਾਈ ਦੀ ਤਰ੍ਹਾਂ ਉੱਤੇ ਆ ਗਿਆ ਤੇ ਰੁਪਈਆ ਤੇ ਰੁਪਈਆ ਤੇਰੀ ਤਰ੍ਹਾਂ ਬੁੱਢੀ ਥੱਲੇ ਲੱਗ ਗਿਆ। 35% ਰੁਪਈਆ ਥੱਲੇ ਜਾ ਪਿਆ। ਅਸੀਂ ਇਹਦੇ ਤੇ ਕਾਬੂ ਨਾ ਪਾਉਂਦੇ ਇਹ 150 ਤੋਂ 200 250 ਤੇ ਕੀ 300 2 420 ਹੋ ਜਾਣਾ ਸੀ। ਮੈਂ ਡਾਲਰ ਨੂੰ ਕਿਹਾ, ਬੇਟਾ ਗੱਲ ਸੁਣ, ਅਸੀਂ ਟੋਇਆ ਕੱਢਣਾ, ਥੋੜਾ ਪਿੱਛੇ ਹੋ ਜਾ। ਉਹਨੇ ਸਮਝਿਆ ਖਾਨ ਸਾਹਿਬ ਨੇ ਇੱਥੇ ਪੰਪ ਲਾਉਣਾ, ਉਹ 4 ਰੁਪਏ ਪਿੱਛੇ ਹੋ ਗਿਆ। ਇਹ ਟਮਾਟਰ ਵੀ ਡਾਲਰ ਦੀ ਵਜ੍ਹਾ ਤੋਂ ਮਹਿੰਗੇ ਹੋਏ ਆ। ਨਾ ਪੁੱਤਰ, ਹਰ ਗੱਲ ਡਾਲਰ ਤੇ ਨਹੀਂ ਪਾਈਦੀ ਹੁੰਦੀ, ਹਕੂਮਤ ਵੀ ਚਬਲਾ ਮਾਰ ਜਾਂਦੀ ਆ। ਇਹ ਡਾਲਰ ਵਧਿਆ ਕਿਉਂ? ਡਾਲਰ ਜਿਹੜਾ ਨਾ ਰੁੱਸੇ ਜਵਾਈ ਵਾਂਗੂ ਪਾਕਿਸਤਾਨ ਚ ਆਉਣਾ ਬੰਦ ਹੋ ਗਿਆ ਤੇ ਮੁਲਕੋਂ ਬਾਹਰ ਬਹੁਤਾ ਚਲਾ ਗਿਆ। ਇਸ ਲਈ ਸਾਰੇ ਗੁਨਾਹਾਂ ਦਾ ਭਾਰ ਰੁਪਈਏ ਤੇ ਆ ਗਿਆ। ਉਹਦੀ ਵਜ੍ਹਾ ਨਾਲ ਫਿਰ ਮਹਿੰਗਾਈ ਵਧੀ ਤੇ ਤੁਹਾਡਾ ਧੂੰ ਨਿਕਲ ਗਿਆ। ਜਨਾਬ ਸਪੀਕਰ, ਸਾਨੂੰ ਪਤਾ ਸੀ ਮੋਦੀ ਦੇ ਹੱਥ 'ਚ ਮਾਚਿਸ ਸਾਹਿਬ ਕੁਛ ਕਰੇਗਾ। ਉਹੀ ਗੱਲ ਹੋਈ, ਬੱਚਾ ਤੇ ਬਾਂਦਰ ਸ਼ਰਾਰਤ ਕੀਤਿਓ ਬਗੈਰ ਰਹਿ ਨਹੀਂ ਸਕਦੇ। ਮੈਂ ਮੋਦੀ ਨੂੰ ਮੈਸੇਜ ਵੀ ਘੱਲਿਆ ਕਿ ਆ ਬਹਿ ਕੇ ਗੱਲ ਕਰਦੇ ਆ। ਉਹ ਕਹਿੰਦਾ ਮੈਂ ਪਹਿਲਾਂ ਹੀ ਤੱਤੇ ਤਵੇ ਤੇ ਬੈਠਾ ਹਾਂ। ਕਿਉਂ? ਉਹਦੇ ਦਿਮਾਗ 'ਚ ਪਤਾ ਨਹੀਂ ਤੂੜੀ ਭਰੀ ਹੈ ਜਾਂ ਖਰੇ ਉਹਦੇ ਕੋਲ ਦਿਮਾਗ ਹੀ ਹੈ ਨਹੀਂ ਗਾ। ਹਾਲਾਂਕਿ ਉਹਨੂੰ ਪਤਾ ਵੀ ਆ ਕਿ ਪਾਕਿਸਤਾਨ ਨਾਲ ਪੰਗਾ ਲਿਆ ਤੇ ਉਹ ਤੁਨ ਮੁਨ ਕੇ ਰੱਖ ਦੇਗਾ, ਲੇਕਿਨ ਨਹੀਂ, ਆਦਤ ਤੋਂ ਮਜਬੂਰ ਆ। ਸਹੀ ਕੀ ਹੈ ਦੱਸੋ, ਇਹ ਕੋਈ ਜੰਗ ਆ? ਅੱਧੀ ਰਾਤੀ ਉਹਨਾਂ ਦੇ ਜਹਾਜ਼ ਆਉਂਦੇ ਆ, ਸਾਡੀ ਘਾਹ ਸਾੜ ਕੇ ਚੱਲ ਜਾਂਦੇ ਆ, ਤੇ ਜਿਸ ਦਿਨ ਅਸੀਂ ਗਏ ਨਾ ਅਸੀਂ ਘਾਹ ਕੂ ਨਹੀਂ ਸਾੜਨੀ, ਸਿੱਧੇ ਬੂਟੇ ਹੀ ਪੁੱਟਣੇ ਆ। ਮੈਂ ਕਿੰਨੀ ਵਾਰੀ ਕਿਹਾ ਉਹ ਮਜ਼ਾਕ ਰਾਤ ਦੀਆਂ ਕੰਡੇਰੀਆਂ ਝੂਪਦੇ ਆ, ਲੇਕਿਨ ਉਹ ਇਸ ਗੱਲ ਨੂੰ ਸਾਡੀ ਬੁਜ਼ਦਲੀ ਸਮਝ ਕੇ ਜ਼ਰਾ ਸ਼ੋਖਾ ਹੋਇਆ। ਤੁਸੀਂ ਫਿਰ ਵੇਖ ਲਿਆ ਨਾ ਕਿ ਅਸੀਂ ਵੀ ਉਹਨਾਂ ਨੂੰ ਐਸਾ ਤੜਕਾ ਲਾਇਆ ਕਿ ਉਹਨਾਂ ਦੀ ਕਾਲੀ ਮਿਰਚ ਭੁੜਕ ਕੇ ਇੱਧਰ ਨੂੰ ਡਿੱਗ ਪਈ। ਔਰ ਉਸ ਵਿਚਾਰੇ ਪਾਇਲਟ ਨੇ ਇੱਥੇ ਆ ਕੇ ਪੈਰਾਂ ਤੋਂ ਲੈ ਕੇ ਮੁੱਛਾਂ ਤੱਕ ਕੁੱਟ ਖਾਧੀ ਹੈ। ਜੇ ਇੰਡੀਆ ਦੀ ਫੌਜ ਇੱਧਰ ਆ ਗਈ ਤੇ ਸੋਚੋ ਉਹਨਾਂ ਦਾ ਕੀ ਹਾਲ ਹੋਏਗਾ। ਇਹ ਤੇ ਹੈ। ਖੈਰ, ਅਸੀਂ ਫੈਸਲਾ ਕੀਤਾ ਕਿ ਪਰਾਂ ਦਫਾ ਕਰੋ, ਉਹਨੂੰ ਇੰਡੀਆ ਨੂੰ ਵਾਪਸ ਦੇ ਦਿਓ। ਕਿਉਂ? ਹੋਰ ਕੀ, ਇੱਥੇ ਉਹਨੂੰ ਅੰਡਿਆਂ ਤੇ ਬਹਾਉਣਾ ਵਾ। ਲੋ ਬਈ, ਮੌਲਾਨਾ ਫਜ਼ਲ ਉਰ ਰਹਿਮਾਨ ਨੂੰ ਮੇਰਾ ਅਸਤੀਫਾ ਚਾਹੀਦਾ। ਕਿਉਂ? ਉਹਨੇ ਜਹਾਜ਼ ਬਣਾਉਣਾ ਵਾ। ਪਰ ਤੂੰ ਲਿਆਣਾ ਕਿਉਂ ਆ? ਉਹ ਭਾਈ, ਇਹੀ ਤਾਂ ਮੈਨੂੰ ਸਮਝ ਨਹੀਂ ਆਉਣ ਦੀ, ਮੈਂ ਪਤਨੀ ਮੌਲਾਨਾ ਦੀ ਮੱਝ ਖੋਲ ਕੇ ਖੋਤਾ ਬਣਾ ਆ। ਮੈਨੂੰ ਇੱਕ ਵਜ੍ਹਾ ਦੱਸ ਦੇਵੇ, ਮੈਂ ਅਸਤੀਫਾ ਦੇਸੀ ਘਿਓ ਨਾਲ ਚੋਪੜ ਕੇ ਦੇ ਦੇਵਾਂ। ਇਸੇ ਲਈ ਮੈਂ ਮਜਬੂਰ ਹੋ ਕੇ ਕਹਿਣਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਡੀਜ਼ਲ ਡੀਜ਼ਲ। ਮੈਂ ਤੇ ਇੱਕ ਵਾਰੀ ਕੰਟੇਨਰ ਤੋਂ ਡਿੱਗਿਆ ਸੀ ਨਾ, ਤੁਸੀਂ ਵੇਖਣਾ ਕੰਟੇਨਰ ਇਹਦੇ ਉੱਤੇ ਡਿੱਗਣਾ, ਫਿਰ ਵੇਖਣਾ ਮੇਰੇ ਬਾਕੀ ਦੇ 4 ਬੜੇ ਸਕੂਨ ਨਾਲ ਲੰਘਣੇ ਆ। ਤੇ ਤੁਸੀਂ ਅਰੈਸਟ ਹੀ ਕਰ ਲਓ। ਉਹ ਇਹੋ ਜਿਹੀ ਛੋਟੀ ਲਾਚੀ ਤੇ ਮੈਂ ਜਦੋਂ ਮਰਦੀ ਦੇਗ ਚ ਪਾ ਦਿਆਂ। ਇਹਨਾਂ ਨੇ ਹਲੇ ਮੇਰੀ ਪਾਵਰ ਨਹੀਂ ਵੇਖੀ। ਅੱਛਾ, ਮੈਂ ਕੰਨਾਂ 'ਚ ਤੀਲੇ ਮਾਰ ਕੇ ਬੋਲਾ ਕਰ ਦਿੰਦਾ ਹੁਣ, ਅੱਜ ਹੀ ਅਗਰ ਮੌਲਾਨਾ ਨੂੰ ਮੈਂ ਛੋਟੀ ਜਿਹੀ ਵਜ਼ਾਰਤ ਦੇ ਦਿਆਂ, ਉਸੇ ਟਾਈਮ ਹਲਵਾ ਠੰਡਾ। ਹਾਂ ਬਈ, ਕ੍ਰਿਕਟ ਦੇ ਵਿੱਚ ਤਬਦੀਲੀ ਨਜ਼ਰ ਆਈ? ਹਾਂਜੀ। ਇਸੇ ਤਰ੍ਹਾਂ ਸਾਰੇ ਪੁਰਾਣੇ ਮੁਰਦੇ ਕਬਰਾਂ 'ਚੋਂ ਕੱਢ ਕੇ ਲਿਆਉਣੇ ਨੇ ਤਾਂ ਕਿ ਪੁਰਾਣੀ ਕ੍ਰਿਕਟ ਵਾਪਸ ਆਵੇ। ਬਹੁਤ ਅੱਛੇ। ਸਿਰਫ਼ ਇੱਕ ਮਿਸਬਾ ਉਲ ਹਾਕਾ ਜਿਹਨੇ ਸ੍ਰੀ ਲੰਕਾ ਤੋਂ ਹੋਮ ਸੀਰੀਜ਼ ਹਾਰ ਕੇ ਮੇਰਾ ਦਿਲ ਖੁਸ਼ ਕਰ ਦਿੱਤਾ। ਖਾਨ ਸਾਹਿਬ, ਇਹ ਅਜ਼ਾਬ ਸਾਡੇ ਤੋਂ ਹਟਾ ਲਓ, ਅਸੀਂ ਟੈਕਸ ਦੇ ਦਿਆਂਗੇ। ਅਗਲੇ ਮਹੀਨੇ ਆਸਟ੍ਰੇਲੀਆ ਜਾਣਾ, ਉੱਥੇ ਖੈਰ ਨਾਲ ਜਿੱਤਣਾ, ਫੈਂਟਾ ਖਾਣਾ। ਓਏ, ਮੈਂ ਤੇ ਸੀਟ ਤੇ ਬੰਦਾ ਹੀ ਉਹ ਲਵਾਇਆ ਜਿਹੜਾ ਤੁਹਾਨੂੰ ਦੁਖੀ ਕਰ ਸਕਦਾ, ਮੈਨੂੰ ਨਹੀਂ ਕਰ ਸਕਦਾ। 2 ਕਪਤਾਨ ਹੋ ਗਏ ਨੇ। ਤੀਜਾ ਚਾਈਨਾ ਤੂੰ ਮੰਗਵਾ ਲਓ। ਤੀਜਾ ਦਿਲ ਹਫੀਜ਼ ਜਾਂ ਕਾਮਰਾਨ ਲੈ ਲਈਏ। ਉਹ ਖਾਨ ਸਾਹਿਬ, ਕੋਈ ਅੱਛਾ ਪਲੇਅਰ ਲੈ ਲਓ, ਕਿਉਂ ਸੜੇ ਬਲਬਾਂ ਦੇ ਪਿੱਛੇ ਪਏ ਹੋ? ਓਏ, ਸਿਰਫ ਅੱਛੇ ਪਲੇਅਰ ਦੀ ਗੱਲ ਨਹੀਂ ਹੁੰਦੀ। ਫੇਰ ਓਏ, ਕੈਪਟਨ ਉਹ ਚਾਹੀਦਾ ਹੁੰਦਾ ਜਿਹਨੂੰ ਕਿੰਨੀ ਵਾਰੀ ਟੀਮ 'ਚ ਧੱਕਾ ਦੇ ਕੇ ਕੱਢਿਆ ਹੋਵੇ। ਸਿਰਫ 6 ਮਹੀਨੇ ਰਹਿ ਗਿਆ ਸਾਡੇ। ਇਹ ਗੱਲ ਮੇਰੇ ਦੁਸ਼ਮਣ ਮੇਰੇ ਦਿਲ ਦੇ ਟੋਟੇ ਕਰਨ ਵਾਸਤੇ ਕਰ ਰਹੇ ਨੇ। ਉਹਨਾਂ ਨੂੰ ਇਹ ਨਹੀਂ ਨਾ ਪਤਾ, ਹਲੇ ਤੇ ਮੈਂ ਪਹਿਲੀ ਵਾਰੀ ਲੈ ਰਿਹਾ, ਦੂਜੀ ਵਾਰੀ ਵੀ ਲੈ ਕੇ ਉਹਨਾਂ ਦੇ ਦਿਲ ਦੇ ਵਾਲ ਬੰਦ ਕਰ ਦੇਣੇ ਆ। ਹੁਣ ਮੈਂ ਗੱਲ ਕਰਾਂਗਾ ਆਪਣੇ ਛੋਟੇ ਭਰਾ ਦੀ, ਪੰਜਾਬ ਦਾ ਵਜ਼ੀਰ ਆਲਾ। ਮੈਨੂੰ ਪਤਾ ਤੁਹਾਨੂੰ ਬਹੁਤ ਬੁਰਾ ਲੱਗਦਾ, ਉਸਮਾਨ ਬੁਜ਼ਦਾਰ ਦੀ ਮੈਂ ਹਰ ਵਾਰੀ ਤਾਰੀਫ ਕਰਦਾ। ਅਸੀਂ ਇੱਕ ਨਿਚਲੇ ਤਬਕੇ ਦਾ ਗਰੀਬ ਮਸੂਮ ਗਾਂ ਵਰਗਾ ਬੰਦਾ ਲੈ ਕੇ ਆਏ ਹਾਂ, ਤਾਂ ਕਿ ਇਹ ਕਰਪਸ਼ਨ ਦੇ ਬਾਰੇ 'ਚ ਸੋਚੇ ਵੀ ਨਾ। ਇਹ ਖਾਨ ਸਾਹਿਬ ਮੇਰੀਆਂ ਤਾਰੀਫਾਂ ਕਰਦੇ ਪਏ ਕਿ ਬੇਇੱਜ਼ਤੀ ਕਰਨ ਡਏ ਨੇ? ਦੱਸੋ, ਮੈਨੂੰ ਇੰਨਾ ਗਰੀਬ ਕਰਤਾ, ਮੈਨੂੰ ਆਪਣੇ ਆਪ 'ਤੇ ਤਰਸਾਉਣ ਲੱਗ ਪਿਆ। ਸੁਣੀ ਜਾਓ, ਸੁਣੀ ਜਾਓ। ਉਸਮਾਨ ਬੁਜ਼ਦਾਰ ਕਦੀ ਵੀ ਆਪਣੇ ਬੇਇਖਤਿਆਰੇ ਅਹੁਦੇ ਦਾ ਨਜਾਇਜ਼ ਫਾਇਦਾ ਨਹੀਂ ਉਠਾਏਗਾ। ਕੋਈ ਸ਼ੂਗਰ ਮਿਲ, ਕੋਈ ਬਰਫ਼ ਵਾਲਾ ਫੱਟਾ, ਰਿਸ਼ਤੇਦਾਰਾਂ ਨੂੰ ਨੌਕਰੀਆਂ ਕਰਜ਼ੇ ਨਹੀਂ ਦੇਵੇਗਾ। ਇਹ ਤਾਂ ਬਾਅਦ 'ਚ ਪਤਾ ਲੱਗੇਗਾ ਨਾ।
ਚਿਕੰਦਰ ਮੋਦੀ ਨੂੰ ਜਾਣਦੇ ਹੋ ਨਾ? ਹਾਂ ਜੀ। ਤਮਾਮ ਦੁਨੀਆ ਦੇ ਮੁਸਲਮਾਨਾਂ ਨਾਲੋਂ ਉਹਦੇ ਤੇ ਬੇਸ਼ੁਮਾਰ, ਥੋੜੀ ਉਹਦੇ ਅਗਲਿਆਂ ਤੇ ਤੇ ਬਹੁਤੀ ਉਹਦੇ ਪਿਛਲਿਆਂ ਤੇ। ਲੱਗਦਾ ਨਹੀਂ ਦੁਨੀਆ ਤੇ ਹੀ ਅਜ਼ਾਬ ਤੁਰਿਆ ਫਿਰਦਾ। ਓਏ ਬੇਵਕੂਫਾ, ਜਾ ਕੇ ਕਸ਼ਮੀਰ ਦੇ ਖੂਬਸੂਰਤ ਪਹਾੜਾਂ ਤੇ ਚੜ, ਤੂੰ 9 ਲੱਖ ਪੋ ਚਾੜ ਦਿੱਤੀ ਹੈ, ਤੈਨੂੰ ਚੜੇ 420 ਬੁਖਾਰ। ਜੇ ਮੈਂ ਕਹਿੰਦਾ ਮੇਰੇ ਨਾਲ ਬਹਿ ਕੇ ਗੱਲ ਕਰ, ਮੂੰਹ ਤੇ ਤਾਲਾ ਲੱਗ ਜਾਂਦਾ। ਟਰੰਪ ਨੂੰ ਕਹੋ। ਓਏ ਉਹੀ ਤੇ ਬੱਕਰੀ ਨੂੰ ਪੱਠੇ ਪਾਉਂਦਾ ਵਾ। ਇੱਥੇ ਸਾਰੀ ਦੁਨੀਆ ਬੈਠੀ ਹੈ। ਬੈਠੀ ਤੇ ਹੈ ਪਰ ਅੱਖਾਂ ਤੇ ਕੰਨ ਬੰਦ ਕਰਕੇ। ਖੁੱਲ ਗਈਆਂ ਅੱਜ। ਮੈਂ ਚਾਹਨਾ ਮੋਦੀ ਨੂੰ ਮੇਰੇ ਹੱਥੋਂ ਬਚਾ ਲਓ। ਉਹ ਮਿੱਟੀ ਪਾਓ ਜੀ ਉਹਦੇ ਤੇ। ਬੇਟਾ ਮੈਂ ਆਉਂਦਿਆਂ ਹੀ ਉਹਦੇ ਤੇ ਸਵਾਹ ਪਾਈ ਸੀ, ਹੋਰ ਫੁੱਲ ਪਾਏ ਸੀ। ਮੈਂ ਆਖਰੀ ਵਾਰੀ ਮੋਦੀ ਨੂੰ ਕਹਿ ਰਿਹਾ ਕਿ ਮਜ਼ਲੂਮ ਕਸ਼ਮੀਰੀਆਂ ਨੂੰ ਉਹਨਾਂ ਦਾ ਹੱਕ ਵਾਪਸ ਦੇ ਦੇ, ਨਹੀਂ ਤੇ ਮੇਰੇ ਕੋਲੋਂ ਖਾਮ ਖਾ ਚੰਡਾ ਖਾਏਗਾ। ਇਹ ਸਾਡੀ ਪਹਿਲੀ ਈਦ ਆ, ਕਿਤੇ ਇਹ ਨਾ ਸਮਝ ਲੈਣਾ ਕਿ ਆਖਰੀ ਈਦ ਆ। ਤੇ ਮੈਂ ਤੁਹਾਨੂੰ ਦਿਲ ਦੀ ਗਹਿਰਾਈਆਂ ਤੋਂ ਕਹਿ ਰਿਹਾ ਕਿ ਈਦ ਮੁਬਾਰਕ ਹੋਵੇ। ਮੈਨੂੰ ਪਤਾ ਤੁਸੀਂ ਮੈਨੂੰ ਖੈਰ ਮੁਬਾਰਕ ਨਹੀਂ ਕਹਿਣੀ, ਕਿਉਂਕਿ ਮਹਿੰਗਾਈ ਅੱਗੇ ਬਹੁਤ ਸੀ, ਪੈਟਰੋਲ ਦੇ ਇੱਕ ਹੋਰ ਟੀਕੇ ਨੇ ਤੁਹਾਡੀਆਂ ਸੇਵੀਆਂ ਦਾ ਪਤੀਲਾ ਪੁੱਠਾ ਕਰ ਦਿੱਤਾ। ਹੁਣ ਦੁਖੀ ਹੋਵੋ ਜਾਂ ਖੁਸ਼ ਹੋਵੋ, ਤੁਹਾਨੂੰ ਈਦ ਤੇ ਮਨਾਉਣੀ ਪੈਣੀ ਹੈ, ਕਿਉਂਕਿ ਅੱਜ 14 ਅਗਸਤ ਤੁਸੀਂ ਮਨਾ ਨਹੀਂ ਸਕਦੇ। ਇਸੇ ਲਈ ਇਹ ਈਦ ਸਿਰਫ ਇਹ ਸੋਚ ਕੇ ਮਨਾ ਲਓ ਕਿ ਇਮਰਾਨ ਖਾਨ ਦੀ ਹਕੂਮਤ ਲਿਆਉਣੀ ਹੈ। ਅਗਲੀ ਈਦ 'ਤੇ ਮੈਂ ਤੁਹਾਨੂੰ ਇੰਨੀ ਈਦੀ ਦੇਣੀ ਹੈ ਜਿੰਨੀ ਤੁਹਾਨੂੰ ਗਰਮੀ 'ਚ ਪਿੱਤਾਂ ਨਿਕਲਦੀਆਂ ਨੇ। ਬਸ ਤੁਸੀਂ ਦੁਆ ਕਰਨੀ ਹੈ ਕਿ ਇਮਰਾਨ ਨੂੰ ਅਲਾਦੀਨ ਦਾ ਚਿਰਾਗ ਮਿਲ ਜਾਏ, ਫਿਰ ਮੈਂ ਤੁਹਾਨੂੰ ਵਿਖਾਵਾਂਗਾ ਕਿ ਇਮਰਾਨ ਖਾਨ ਨੇ 25 ਸਾਲ ਜਿਹੜੇ ਜਿਹੜੇ ਤੁਹਾਡੇ ਨਾਲ ਵਾਅਦੇ ਕੀਤੇ ਨੇ ਉਹ ਕਿਵੇਂ ਪੂਰੇ ਹੁੰਦੇ ਆ। ਇੱਕ ਵਾਰੀ ਫਿਰ ਮੈਂ ਤੁਹਾਨੂੰ ਆਪਣੇ ਵੱਲੋਂ ਅਤੇ ਆਪਣੀ ਪੂਰੀ ਟੀਮ ਵੱਲੋਂ ਈਦ ਦੀ ਮੁਬਾਰਕ ਦੇਣਾ। ਹੱਸਦੇ ਰਹੋ ਅਤੇ ਸਾਡੀਆਂ ਗੱਲਾਂ ਹੀ ਫੱਸਦੇ ਰਹੋ। ਮੈਂ ਤਾਂ ਸ਼ਾਦੀ ਕਰਾ ਕੇ ਯੱਬ ਨੂੰ ਹੀ ਪੈ ਗਿਆ। ਮੀਡੀਆ ਦੀ ਵਜ੍ਹਾ ਤੋਂ ਜੀ? ਅਤੇ ਹੋਰ ਕੀ, ਮੇਰੀ ਸ਼ਾਦੀ ਦਾ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਅਤੇ ਮੈਨੂੰ ਬਾਅਦ 'ਚ ਪਤਾ ਲੱਗਦਾ। ਬੇਗਮ ਦੇ ਬਾਰੇ 'ਚ ਕੀ ਦੱਸਾਂ? ਝੂਠ ਹੀ ਦੱਸ ਦਿਓ। ਬੜੀ ਬਹਾਦਰ ਖਤੂਨ, ਮੇਰੇ ਜਿਹਾ ਬੁੱਢੀ ਛੱਡ ਬੰਦੇ ਨਾਲ ਵਿਆਹ ਕਰਾਉਣਾ ਕੋਈ ਸੌਖਾ ਤਾਂ ਨਹੀਂ। ਹੁਣ ਤੁਸੀਂ ਕਹੋਗੇ ਕਿ ਉਹਦੀ ਕੋਈ ਖੂਬੀ ਬਿਆਨ ਕਰਾਂ? ਹਾਂਜੀ ਬਿਲਕੁਲ। ਕੋਈ ਇੱਕ ਹੋਵੇ ਤਾਂ ਦੱਸਾਂ। ਆਟੇ ਦਾ ਐਡਾ ਐਡਾ ਪੇੜਾ ਕਰ ਲੈਂਦੀ ਹੈ, ਛੋਟਾ ਹੋਵੇ ਭਾਵੇਂ ਵੱਡਾ ਗੋਸ਼ਤ ਹੋਵੇ, ਇੰਜ ਪਕਾਉਂਦੀ ਹੈ ਕਿ ਅੱਗੇ ਤੋਂ ਕੋਈ ਕਵੇ ਹੀ ਨਾ। ਫਿਰ ਕਹੋਗੇ ਤੈਨੂੰ ਕਿੱਦਾਂ ਪਤਾ? ਕਿਉਂਕਿ ਮੈਂ ਕਿੰਨਾ ਅਰਸਾ ਉਹਨਾਂ ਦੇ ਘਰ, ਉਹ ਕੀ ਕਹਿੰਦੇ ਆ, ਮਾਨ ਨਾ ਮਾਨ ਮੈਂ ਤੇਰਾ ਮਹਿਮਾਨ ਬਣ ਕੇ ਜਾਂਦਾ ਰਿਹਾ। ਮਾਸ਼ਾਅੱਲਾ 5 ਜਵਾਨ ਬੱਚੇ ਆ। ਕਿਹਦੇ ਜੀ? ਓਏ ਉਹਦੇ, ਪਹਿਲੇ ਉਹ ਮੈਨੂੰ ਮਾਮੂ ਕਹਿੰਦੇ ਹੁੰਦੇ ਸੀ, ਹੁਣ ਪਤਨੀ ਤਬਦੀਲੀ ਆਈ ਹੈ ਕਿ ਨਹੀਂ। ਉਹਦਾ ਸਾਬਕਾ ਸ਼ੋਹਰ ਇੰਨਾ ਅੱਛਾ ਕਿ ਨਿਕਾਹ 'ਤੇ ਉਹਨੇ ਹੀ ਮੈਨੂੰ ਘੜੀ ਬੰਨੀ ਸੀ।